ਠੀਕ ਹੋ ਗਿਆ। ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸਿਰਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਨੂੰ ਲੈ ਕੇ ਔਰ ਖਾਲਸਾ ਰਾਜ ਫੁੱਟਸਟੈਪਸ ਨੂੰ ਲੈ ਕੇ ਮੈਂ ਪਹੁੰਚਿਆ ਵਾਂ ਪਿੰਡ ਡੰਡ ਪੁਰ ਖਰੋਲੀਆਂ। ਡੰਡ ਪੁਰ ਖਰੋਲੀਆਂ, ਅਗਰ ਤੁਸੀਂ ਲਾਹੌਰ ਤੋਂ ਆਉਂਦੇ ਹੋ ਡਸਕਾ, ਡਸਕੇ ਤੋਂ ਫਿਰ ਸਿਆਲਕੋਟ ਰੋਡ ਦੇ ਉੱਤੇ ਗੁਇੰਕੀ ਤੋਂ ਹਾਰਡਲੀ 2 ਤੋਂ 2.5 ਕਿਲੋਮੀਟਰ ਫਾਸਲੇ 'ਤੇ ਅੰਦਰ ਵਾਲੀ ਸਾਈਡ ਦੇ ਉੱਤੇ ਜਿਹੜਾ ਪਿੰਡ ਹੈ, ਫਿਰ ਉਸ ਤੋਂ ਬਾਅਦ ਸਿਆਲਕੋਟ ਅਗਰ ਤੁਸੀਂ ਆਓ ਡਸਕੇ ਰੋਡ ਦੇ ਉੱਤੇ ਅਤੇ ਨਹਿਰ ਦੇ ਬਿਲਕੁਲ ਕੰਢੇ ਦੇ ਉੱਤੇ ਇਹ ਪਿੰਡ ਹੈ। ਔਰ ਪ੍ਰੀ ਪਾਰਟੀਸ਼ਨ 1947 ਤੋਂ ਪਹਿਲੇ ਇੱਥੇ ਦੀ ਜਿਹੜੀ ਟੋਟਲ ਜਿਹੜੇ ਲੋਕ ਸਨ ਉਹਨਾਂ ਦਾ ਅੱਧ ਤੋਂ ਜ਼ਿਆਦਾ ਜਿਹੜਾ ਪਿੰਡ ਸੀ ਉਹ ਸਿੱਖਾਂ ਦਾ ਸੀ, ਔਰ ਕੁਛ ਹੋਰ ਦੂਸਰੇ ਕ੍ਰਿਸਚਨ ਕਮਿਊਨਿਟੀ ਸੀ, ਮੁਸਲਿਮ ਕਮਿਊਨਿਟੀ ਸੀ, ਕੁਛ ਘਰ ਹਿੰਦੂਆਂ ਦੇ ਵੀ ਸਨ। ਇਸੇ ਤਰ੍ਹਾਂ ਕੁੱਲ ਮਿਲਾ ਕੇ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਇਸ ਪਿੰਡ ਦੇ ਵਿੱਚ ਇਕੱਠੀਆਂ ਰਹਿੰਦੀਆਂ ਸਨ। ਮੇਰੇ ਦੋਸਤ ਜਿਹੜੇ ਨੇ ਮਨਜੀਤ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਦਾਦਾ ਜੀ ਜਿਹੜੇ ਨੇ ਸਰਦਾਰ ਹਰਮਾਨ ਸਿੰਘ ਜੀ ਔਰ ਉਹਨਾਂ ਦੇ ਜਿਹੜੇ ਭਾਈ ਨੇ ਦੀਵਾਨ ਸਿੰਘ ਦਿਓ ਜਿਹੜੇ ਨੇ, ਇਹਨਾਂ ਦੇ ਜਿਹੜੀ ਰਹਿਤ ਬਹਿਤ ਜਿਹੜਾ ਉਹਨਾਂ ਦਾ ਘਰ ਹੈ ਉਹ ਪਿੰਡ ਦੇ ਵਿੱਚ ਮੈਂ ਦਿਖਾ ਚੁੱਕਿਆ ਵਾਂ। ਇਹ ਬਜ਼ੁਰਗ ਮੈਨੂੰ ਮਿਲੇ ਨੇ, ਇਹਨਾਂ ਬਜ਼ੁਰਗਾਂ ਕੋਲੋਂ ਮੈਂ ਉਸ ਫੈਮਿਲੀ ਦੇ ਮੁਤਲਕ ਕੁਛ ਥੋੜ੍ਹਾ ਜਿਹਾ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੀ ਦਿਓ ਫੈਮਿਲੀ ਸੀ ਉਹਨਾਂ ਦਾ ਇੱਥੇ ਕੀ ਰੱਖ ਰਖਾਓ ਸੀ, ਉਹਨਾਂ ਦੀਆਂ ਕਿੰਨੀਆਂ ਕੁ ਜ਼ਮੀਨਾਂ ਸਨ ਔਰ ਇੱਥੇ ਕੀ ਕੀ ਕਰਦੇ ਸਨ ਉਹ। ਤੁਹਾਡਾ ਨਾਮ ਕੀ ਜੀ? ਅਨਾਇਤ। ਇਹਨਾਂ ਦਾ ਨਾਮ ਹੈ ਅਨਾਇਤ, ਔਰ ਤੁਹਾਡਾ ਨਾਮ ਜੀ? ਵਿਨਾਇਤ। ਹਾਂ, ਮੇਰੇ ਨਾਲ ਜੀ ਇਹ ਟਵਿਨ ਦੋ ਅਨਾਇਤ ਸਾਹਿਬ ਨੇ, ਔਰ ਇਹ ਦੱਸਣਗੇ ਮੈਨੂੰ ਦਿਓ ਫੈਮਿਲੀ ਜਿਹੜੀ ਹੈ ਇੱਥੇ ਦੀ ਉਹਨਾਂ ਦੇ ਮੁਤਲਕ ਜਿਹੜਾ ਹੈ ਸਰਦਾਰ ਮਨਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਫੋਰ ਫਾਦਰ ਬਾਰੇ ਮੈਨੂੰ ਕੋਈ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਗੇ। ਤੁਸੀਂ ਦੀਵਾਨ ਸਿੰਘ ਦਿਓ ਦੇ ਮੁਤਲਕ ਕਹਿ ਰਹੇ ਸੀ ਕਿ ਤੁਸੀਂ ਜਾਣਦੇ ਹੋ ਉਹਨਾਂ ਨੂੰ? ਵਾਹੀ ਕਰਦੇ ਸਨ। ਕਿੰਨੀ ਕੁ ਉਹਨਾਂ ਦੀ ਜ਼ਮੀਨ ਸੀ? 10-12 ਕਿੱਲੇ ਜ਼ਮੀਨ ਹੈ ਸੀ। ਲੋਕਾਂ ਨਾਲ ਰੱਖ ਰਖਾਓ ਕਿੰਜ ਦਾ ਸੀ ਉਹਨਾਂ ਦਾ? ਅੱਛੇ ਸਨ ਲੋਕ, ਬਹੁਤ ਪਿਆਰ ਸੀ ਉਹਨਾਂ ਦਾ। ਤੇ ਤੁਹਾਨੂੰ 47 ਤੋਂ ਪਹਿਲੇ ਜਿਹੜਾ ਮਾਹੌਲ ਸੀ ਇੱਥੇ ਪਿੰਡ ਦਾ, ਹੁਣ ਤਾਂ ਕਾਫੀ ਚੀਜ਼ਾਂ ਬਦਲ ਗਈਆਂ ਨੇ, ਲੋਕੀ ਬਦਲ ਗਏ ਨੇ, ਮੁੰਡੇ ਜਵਾਨ ਹੋਣ ਡੇ ਨੇ, ਇਹ ਸਾਰੇ ਇਹ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਤਬਦੀਲੀ ਹੈ। ਤੇ ਮੈਨੂੰ ਇਹ ਤੁਸੀਂ ਦੱਸੋ ਕਿ ਪਹਿਲੇ ਤੁਹਾਡਾ ਕਿੰਜ ਪਿਆਰ ਸੀ ਆਪਸ ਦੇ ਵਿੱਚ ਸਾਰੇ ਲੋਕਾਂ ਸਾਡਾ? ਇਹਨਾਂ ਦਾ ਦਵਾਈ ਖੇਤੀ ਕਰਦੇ, ਆਪ ਵੀ ਕਰਦੇ ਹਾਂ ਤੇ ਉਹ ਵੀ ਕਰਦੇ ਸਨ। ਅੱਛਾ ਅੱਛਾ। ਤੇ ਇਹ ਸੀ ਕਿ ਉਹਨਾਂ ਦਾ ਐਡਾ ਪਿਆਰ ਸੀ, ਬਹੁਤ ਹੀ ਅੱਛੇ ਹਨ, ਬਹੁਤ ਅੱਛੇ ਲੋਕ ਸਨ। ਕਿਸੇ ਦੀ ਧੀ ਭੈਣ ਹੋਣੀ ਹੈ ਤੇ ਇਹ ਬੰਨੇ ਜਾਣਾ ਨਾ ਉਹਨਾਂ ਜੀ ਇਹ ਬੰਨੇ ਹੋ ਜਾਣਾ। ਅੱਛਾ, ਇੰਨਾ ਕੁ ਮੁਹੱਬਤ ਪਿਆਰ ਹੁੰਦਾ ਸੀ ਤੇ ਧੀ ਨੂੰ ਧੀ ਸਮਝਦੇ ਹਨ ਤੇ ਪੁੱਤਰ ਨੂੰ ਪੁੱਤਰ ਸਮਝਦੇ। ਜੀ ਬਿਲਕੁਲ। ਹੈਂ ਚਲੋ ਜੀ, ਉਹ ਪਰਹੇਜ਼ ਬੜੇ ਹਨ, ਆਹ ਮੱਥਾ ਜਿਹਾ ਇਹ ਧੀ ਦਾ ਨੰਗਾ ਨਹੀਂ ਹਨ ਹੁਣ ਤੇ। ਦੱਸ ਰਹੇ ਨੇ ਕਿ ਜਿਸ ਤਰ੍ਹਾਂ ਹੁਣ ਹੈ ਰੱਖੀਏ ਪੱਲਾ ਰੱਖਿਆ ਸਿਰ ਤੇ ਮੱਥਾ ਜਿਹੜਾ ਹੈ ਉਹ ਉਸ ਵੇਲੇ ਨੰਗਾ ਨਹੀਂ ਸੀ ਹੋਣ ਦਿੰਦੇ, ਭਾਵੇਂ ਕੋਈ ਵੀ ਕਿਸੇ ਮਜ਼ਹਬ ਦਾ ਵੀ ਬੰਦਾ ਸੀ। ਮੇਰੇ ਨਾਲ ਦੇਖੋ, ਮੈਂ ਮੁਸਲਿਮ ਕਮਿਊਨਿਟੀ ਤੋਂ ਹਾਂ ਔਰ ਤੁਸੀਂ ਕ੍ਰਿਸਚਨ ਕਮਿਊਨਿਟੀ ਤੋਂ, ਇਹ ਕ੍ਰਿਸਚਨ ਕਮਿਊਨਿਟੀ ਤੋਂ ਨੇ, ਔਰ ਉਸ ਤੋਂ ਬਾਅਦ ਜਿਹੜੀ ਮੈਂ ਰਿਸਰਚ ਕਰਨ ਵਾਸਤੇ ਆਇਆ ਮੈਂ ਉਸ ਸਿੱਖ ਕਮਿਊਨਿਟੀ ਤੋਂ ਆਇਆ। ਇੱਕ ਵਾਰੀ ਫਿਰ ਉਹੀ ਪਿਆਰ ਮੁਹੱਬਤ ਔਰ ਜਿਹੜੀ ਏਕਤਾ ਸੀ ਉਹ ਸਾਹਮਣੇ ਆ ਰਹੀ ਹੈ ਕਿ ਲੋਕ ਜਿਹੜੇ ਨੇ ਮਜ਼ਹਬ ਦੀਆਂ ਦੀਵਾਰਾਂ ਨੂੰ ਟੱਪ ਕੇ ਅਤੇ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਉਸ ਵੇਲੇ ਵੀ, ਅਤੇ ਹੁਣ ਵੀ ਜ਼ਰੂਰਤ ਹੈ ਕਿ ਅਸੀਂ ਉਸੇ ਤਰੀਕੇ ਨਾਲ ਰਲ ਕੇ ਬਹੀਏ ਜਿਸ ਤਰ੍ਹਾਂ ਕਿ ਪਹਿਲੇ ਰਲ ਕੇ ਬੈਠਦੇ ਹੁੰਦੇ ਸੀ। ਅਤੇ ਫਿਰ ਮੈਨੂੰ ਤੁਸੀਂ ਦੱਸੋ ਕਿ ਵੀ ਉਹਨਾਂ ਦਾ ਇੱਥੇ ਜਿਹੜਾ ਤੁਸੀਂ ਦੱਸਿਆ ਕਿ ਵੀ ਜਿਹੜਾ ਉਹਨਾਂ ਦਾ ਪੁੱਤਰ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ ਗੁਰਚਰਨ ਸਿੰਘ ਦਿਓ ਜਿਹੜਾ ਸੀ, ਹਾਂ ਦਰਸ਼ਨ ਸਿੰਘ ਵੀ ਸੀ ਜੀ, ਅਤੇ ਮੈਨੂੰ ਤੁਸੀਂ ਉਹ ਦੱਸੋ ਕੁਛ ਦਰਸ਼ਨ ਇਹਨਾਂ ਦਾ ਚਾਚਾ ਸੀ ਅਤੇ ਜਿਹੜਾ ਗੁਰਚਰਨ ਇਹਨਾਂ ਦਾ ਪਿਓ ਸੀ, ਉਹਨਾਂ ਦੇ ਮੁਤਲਕ ਮੈਨੂੰ ਤੁਸੀਂ ਕੁਝ ਦੱਸੋ ਨਾ ਕਿ ਵੀ ਤੁਸੀਂ ਕੀ ਉਹਨਾਂ ਨੂੰ। ਅੱਛਾ, ਕਾਹਦੇ 'ਚ ਭਰਤੀ ਕਰਾਇਆ ਸੀ? ਫੌਜ 'ਚ ਭਰਤੀ ਕਰਾਇਆ ਸੀ। ਟਾਈਮ ਗੁਜ਼ਰਿਆ ਕੋਈ ਆਪਣੀ ਬਚਪਨ ਦੀ ਗੱਲ ਕੋਈ ਐਸੀ ਹੋਏ ਤੁਹਾਡੀ ਜਵਾਨੀ ਦੀ ਤੁਹਾਨੂੰ ਜਿਹੜੀ ਕੋਈ ਯਾਦ ਹੋਈ ਹੋਵੇ? ਬਾਜੀ ਸਾਡੇ ਨਾਲ ਜਿੰਨਾ ਕਾਸਾ ਵੇਖਿਆ ਮੁਹੱਬਤ ਸੀ, ਕੋਈ ਚੇਤਰ ਫਗਨ ਜੀ ਤਾਣੇ ਉਹਦੇ ਘੱਟ ਹੁੰਦੇ ਹਨ, ਅਸਾਈਆਂ ਨੂੰ ਘਰ ਆ ਕੇ ਉਹਨਾਂ ਆਖਣਾ ਪਿਲਾਇਆ, ਇੰਨਾ ਕੁ ਪਿਆਰ ਸੀ, ਇੰਨੀ ਕੁ ਸਰਾਬ ਸੀ ਹਨ ਉਹ ਲੋਕ।
ਦੱਸ ਰਹੇ ਨੇ ਕਿ ਜਿਹੜੇ ਕ੍ਰਿਸਚਨ ਕਮਿਊਨਿਟੀ ਹੈ ਉਹਨਾਂ ਕੋਲ ਲੈਂਡ ਨਹੀਂ ਸੀ, ਜ਼ਮੀਨਾਂ ਨਹੀਂ ਸੀ, ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਵੀ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਨਾਂ ਨੂੰ ਦਾਣਾ ਫੱਕਾ ਜਿਹੜਾ ਹੈ ਉਹ ਉਸ ਵੇਲੇ ਦਿੱਤਾ ਜਾਂਦਾ ਸੀ ਉਹਨਾਂ ਵੱਲੋਂ, ਕਿ ਜਿਹੜਾ ਪਿੰਡ ਦਾ ਜਿਹੜਾ ਵੀ ਬੰਦਾ ਜਿਹਦੀ ਜ਼ਮੀਨ ਚੌਖੀ ਹੁੰਦੀ ਸੀ ਉਹ ਗਰੀਬ ਆਦਮੀ ਨੂੰ ਘਰ ਆ ਕੇ ਦਾਣੇ ਪਾ ਕੇ ਦੇ ਕੇ ਜਾਂਦੇ ਸੀ। ਸਭ ਤੋਂ ਮਜ਼ੇਦਾਰੀ ਵਾਲੀ ਗੱਲ ਐਵੇਂ ਕਿ ਉਸ ਵੇਲੇ ਇਹ ਨਹੀਂ ਸੀ ਦੇਖਿਆ ਜਾਂਦਾ ਕਿ ਵੀ ਇਹਦਾ ਧਰਮ ਕੀ ਹੈ, ਇਹਦਾ ਮਜ਼ਹਬ ਕੀ ਹੈ, ਇਨਸਾਨ ਸਭ ਤੋਂ ਪਹਿਲੇ ਸੀ। ਮੈਂ ਇੱਕ ਵਾਰੀ ਫਿਰ ਕੋਸ਼ਿਸ਼ ਕਰ ਰਿਹਾ ਵਾਂ ਕਿ ਇਨਸਾਨੀਅਤ ਦੀ ਖਿਦਮਤ ਜਿਹੜੀ ਹੈ ਉਹਦੇ 'ਤੇ ਜ਼ੋਰ ਦੇਵੋ, ਹਿਊਮੈਨਿਟੀ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦਿਓ। ਬਹੁਤ ਹੋ ਗਿਆ ਮਜ਼ਹਬ ਦੇ ਨਾਮ ਦੇ ਉੱਤੇ ਲੜਾਈਆਂ, ਬਹੁਤ ਹੋ ਗਈਆਂ ਵੱਖੋ ਵੱਖ, ਡੇਢ ਡੇਢ ਇੱਟ ਦੀ ਅਸੀਂ ਮਜ਼ਹਬੀ ਜਗ੍ਹਾ ਖੜੀਆਂ ਕਰ ਲਈਆਂ ਨੇ। ਪਲੀਜ਼ ਆਪਸ ਵਿੱਚ ਪਿਆਰ ਵਧਾਓ, ਇੱਕ ਦੂਜੇ ਨੂੰ ਉਹੀ ਚਾਹਤ ਦਿਓ ਜਿਹੜਾ ਹੱਕ ਸੀ ਇਨਸਾਨੀਅਤ ਦਾ। ਮੈਂ ਉਹੀ ਅਦਾ ਕਰਨ ਵਾਸਤੇ ਅੱਜ ਮੈਂ ਇਸ ਪਿੰਡ ਵਿੱਚ ਆ ਕੇ ਬੈਠਾ ਵਾਂ, ਔਰ ਇਹਨਾਂ ਬਜ਼ੁਰਗਾਂ ਕੋਲੋਂ ਮੈਨੂੰ ਉਹ ਸਾਰੀਆਂ ਗੱਲਾਂ ਪਤਾ ਲੱਗ ਰਹੀਆਂ ਨੇ ਕਿ ਜਿਹੜੀਆਂ ਗੱਲਾਂ ਸਾਡੇ ਮਜ਼ਹਬ ਦੇ ਵਿੱਚ ਸਾਨੂੰ ਸਮਝਾਈਆਂ ਗਈਆਂ, ਦੀਨੇ ਇਸਲਾਮ ਦੇ ਵਿੱਚ ਸਮਝਾਈਆਂ ਗਈਆਂ, ਇਸਾਈਅਤ ਦੇ ਵਿੱਚ ਸਮਝਾਈਆਂ ਗਈਆਂ, ਸਿੱਖਇਜ਼ਮ 'ਚ ਸਮਝਾਈਆਂ ਗਈਆਂ, ਹਿੰਦੂਇਜ਼ਮ, ਦੱਸੋ ਕੋਲ ਕਿਹੜਾ ਮਜ਼ਹਬ ਹੈ ਕਿ ਜਿਹੜਾ ਕੋਈ ਬੁਰਾਈ ਦੀ ਦਾਵਤ ਦਿੰਦਾ, ਕੋਈ ਮਜ਼ਹਬ ਬੁਰੇ ਕੰਮ ਕਰਨ ਵਾਸਤੇ ਜਾਂ ਨਫ਼ਰਤ ਸਿਖਾਉਣ ਵਾਸਤੇ ਨਹੀਂ ਕਹਿੰਦਾ। ਉਹ ਤਾਂ ਸਾਰੇ ਮਜ਼ਹਬ ਹੀ ਪਿਆਰ ਵੰਡਣ ਵਾਲੇ ਕਹਿੰਦੇ ਨੇ, ਪਿਆਰ ਕਰਨ ਵਾਲੇ ਕਹਿੰਦੇ ਨੇ, ਫਿਰ ਨਫ਼ਰਤਾਂ ਸਾਡੇ ਵਿੱਚ ਕਿੱਥੋਂ ਆ ਗਈਆਂ, ਸਾਡੇ ਦਰਮਿਆਨ 'ਚ ਨਫ਼ਰਤਾਂ ਕਿੰਨੇ ਫੈਲਾ ਦਿੱਤੀਆਂ ਨੇ। ਮੈਨੂੰ ਤੁਸੀਂ ਇਹ ਦੱਸੋ ਕਿ ਵੀ ਜਦੋਂ ਪਿੰਡ 'ਤੇ ਜਦੋਂ ਵੱਸਦਾ ਸੀ 47 ਤੋਂ ਪਹਿਲਾਂ ਇੱਥੇ ਕਿੰਨੇ ਕੁ ਘਰ ਸੀ, ਟੋਟਲ ਘਰ ਕਿੰਨੇ ਕੁ ਹੋਣਗੇ ਪਿੰਡਾਂ 'ਚ? ਸਾਈਆਂ ਨੇ ਜਾਂ ਪੂਰੇ ਹੀ? ਪੂਰੇ ਹੀ, ਪੂਰਾ ਪੂਰੇ ਮਹਾਂ ਮਰ ਕੇ ਨਾ 60-70 ਹੋਣੇ। 60-70 ਤੇ ਇਹਦੇ 'ਚ ਸਿੱਖਾਂ ਦੇ ਘਰ ਕਿੰਨੇ ਸੀ? ਸਿੱਖਾਂ ਦੇ ਮੇਰਾ ਖਿਆਲ ਹੈ ਬੜੇ ਵੀ ਹੋਏ ਨਾ, ਹਾਂਜੀ, ਅਤੇ 30-32 ਤੱਕ 30-32 ਘਰ ਜਿਹੜੇ ਸਨ, 30-32। ਅਤੇ ਕ੍ਰਿਸਚਨਾਂ ਦੇ ਕਿੰਨੇ ਸਨ? ਕ੍ਰਿਸਚਨਾਂ ਦੇ ਵੀ ਇੰਨੇ ਕੀ ਹਨ, 40-45 ਤੱਕ, 40-45 ਘਰ ਦੱਸ ਰਹੇ ਨੇ। ਅਤੇ ਜਿਹੜਾ ਬੰਦਾ ਜ਼ਰਾ ਕੋ ਅੱਛਾ ਸੀ ਉਹ ਸਾਰੇ ਮਾੜੇ ਬੰਦਿਆਂ ਦਾ ਖਿਆਲ ਰੱਖਦਾ ਸੀ, ਭਾਵੇਂ ਉਹ ਕਿਸੇ ਕਮਿਊਨਿਟੀ ਦਾ ਸੀ। ਅਤੇ ਚਾਚਾ ਜੀ, ਮੈਨੂੰ ਇਹ ਦੱਸੋ ਤੁਸੀਂ ਕਿ ਆਖਰ ਤੁਹਾਡੀਆਂ ਸ਼ਾਦੀਆਂ ਵਿਆਹ ਹੁੰਦੇ ਸੀ, ਇੱਕ ਦੂਜੇ ਦੇ ਘਰ ਤੁਸੀਂ ਆਉਂਦੇ ਸੋ, ਖਾਂਦੇ ਪੀਂਦੇ ਸੋ ਸਾਰੇ ਬਹਿ ਕੇ, ਇਹ ਕਿਆ ਹੁਣ ਹੈ ਜਿਹੜੀ ਇੱਕ ਦੂਜੇ ਨਾਲ ਨਫ਼ਰਤ ਹੁੰਦੀ ਹੈ, ਕਿਆ ਉਸ ਵੇਲੇ ਵੀ ਹੈ ਸੀ? ਇਹ ਜੀ ਵੇਖੋ ਨਾ, ਅਸੀਂ ਆਪਣੀ ਕਰਦੇ ਸਾਡੇ ਨਾਲ ਉਹ ਨਫ਼ਰਤ ਕਰਦੇ ਹਨ, ਨਹੀਂ ਆਹ ਠੀਕ ਹੈ, ਉਹ ਇਹ ਨਹੀਂ ਭਾਂਡੇ ਦੀ। ਅਤੇ ਸਹੀ ਮੈਂ ਸੋਚਿਆ ਜਾਏ ਤਾਂ ਸਾਡਾ ਮਜ਼ਬੂਤੀ ਹਿਸਾਬ ਨਾਲ ਨਹੀਂ ਸੀ ਉਹਨਾਂ ਦਿਨਾਂ 'ਚ, ਨਾ ਦੇ ਈਸਾਈ ਸੀ। ਅੱਛਾ ਅੱਛਾ ਅੱਛਾ, ਇਹ ਬਾਅਦ 'ਚ ਫਿਰ ਈਸਾਈ ਬਣੇ ਨੇ, ਠੀਕ ਹੋ ਗਿਆ। ਆਲਮਾ ਲੋਕਾਂ ਨੇ ਆ ਕੇ ਨਿਸ਼ਚਿਤਾਂ ਕੀਤੀਆਂ, ਸਿਖਾਇਆ, ਪੜ੍ਹਾਇਆ। ਤੁਸੀਂ ਕੀ ਕਹਿ ਰਹੇ ਸੀ ਕਿ ਹਿੰਦੂ ਕੀ ਕਹਿੰਦੇ ਸਨ? ਹਿੰਦੂ ਤਾਂ ਨਹੀਂ ਕੋਈ ਨਹੀਂ, ਇਹ ਵੇਖੇ ਉਹ ਮੁਹੱਬਤ ਪਿਆਰ ਇੰਨਾ ਹੁੰਦਾ ਬਹੁਤ ਕਰਦੇ ਕਿ ਆਖਣਾ ਕਿ ਸ਼ਾਦੀ ਹੋਣੀ ਹੈ ਬਤਾਤਾ ਕਰਦੇ, ਮਜ਼ਾਕਾਂ ਕਰਦੇ। ਬਹੁਤ ਕਰਦੇ ਹਨ ਬੱਚੀਆਂ ਦੀ, ਬਹੁਤ ਹੀ ਸਾਰੀ ਕਰਦੇ, ਬੜੀ ਗੱਲ ਹੈ ਜੀ। ਮੈਂ ਇਸ ਵੇਲੇ ਜਿਹੜਾ ਬੈਠਾ ਹੋਇਆ ਵਾ, ਇਹ ਜਿਹੜਾ ਦਰਵਾਜ਼ਾ ਹੈ ਨਿਆ ਚਰਚ ਬਣ ਰਿਹਾ, ਹੋਲੀ ਚਰਚ ਬਣ ਰਿਹਾ ਵਾ ਪਿੰਡ ਦਾ ਇਸ ਵੇਲੇ ਇਸ ਜਗ੍ਹਾ ਦੇ ਉੱਤੇ, ਔਰ ਉਸ ਦਰਵਾਜ਼ੇ ਦੇ ਅੱਗੇ ਬੈਠ ਕੇ ਮੈਂ ਕ੍ਰਿਸਚਨ ਕਮਿਊਨਿਟੀ ਦੇ ਨਾਲ, ਮੈਂ ਮੁਸਲਿਮ ਹੈ ਕ੍ਰਿਸਚਨ, ਔਰ ਅਸੀਂ ਹਿਸਟਰੀ ਕਿਹਦੀ ਗੱਲ ਕਰ ਰਹੇ ਹਾਂ, ਸਿੱਖਇਜ਼ਮ ਦੀ ਕਰ ਰਹੇ ਹਾਂ। ਮੇਰਾ ਖਿਆਲ ਹੈ ਕਿ ਮੇਰਾ ਇਹ ਸਾਰਾ ਕਹਿਣਾ ਜਿਹੜਾ ਮੇਰਾ ਮੈਸੇਜ ਕਾਫੀ ਹੋਏਗਾ, ਜਿਹੜੀ ਚੀਜ਼ ਮੈਂ ਐਕਸਪਲੋਰ ਕਰਨਾ ਚਾਹ ਰਿਹਾ ਜਾਂ ਮੈਂ ਦੁਨੀਆ ਸਾਹਮਣੇ ਲੈ ਕੇ ਆਉਣਾ ਚਾਹ ਰਿਹਾ ਵਾਂ, ਕਿ ਮੇਰੀ ਇਸ ਮਿੱਟੀ ਦੇ ਵਿੱਚ ਕਦੀ ਵੀ ਨਫ਼ਰਤ ਨਹੀਂ ਸੀ। ਪਤਾ ਨਹੀਂ ਉਹ ਕੌਣ ਹੈ ਜਿਹਨੇ ਇੰਨੀ ਨਫ਼ਰਤ ਫੈਲਾ ਦਿੱਤੀ ਧਰਮਾਂ ਦੇ ਨਾਮ ਦੇ ਉੱਤੇ ਔਰ ਮਜ਼ਹਬਾਂ ਦੇ ਨਾਮ ਦੇ ਉੱਤੇ। ਮੈਂ ਕਹਾਂਗਾ ਕਿ ਖੁਦਾਰਾ ਪਲੀਜ਼, ਮੈਸੇਜ ਜਿਹੜਾ ਪੀਸ ਦਾ ਮੈਸੇਜ ਹੈ, ਮੁਹੱਬਤ ਦਾ ਮੈਸੇਜ ਹੈ, ਜਿੱਥੇ ਤੱਕ ਪਹੁੰਚਦਾ। ਤੁਹਾਡਾ ਨਾਂ ਸਾਹਿਬ ਬਹੁਤ ਸ਼ੁਕਰੀਆ, ਲੇਕਿਨ ਤੁਸੀਂ ਮੈਨੂੰ ਕੋਈ ਬਚਪਨ ਦੀ ਆਪਣੀ ਗੱਲ ਨਹੀਂ ਸੁਣਾਈ, ਤੁਹਾਡੇ ਦੋਸਤ ਕਿਹੜੇ ਕਿਹੜੇ ਹੁੰਦੇ ਸੀ ਬਚਪਨ ਦੇ, ਤੁਸੀਂ ਮੈਨੂੰ ਨਾਮ ਨਹੀਂ ਦੱਸੇ? ਹਾਂ ਮੈਂ ਦੱਸ, ਜੀ ਜਿੰਨਾ ਕੁ ਮੈਂ ਵੇਖਿਆ ਜਿੰਨਾ ਮੇਰਾ ਦੋਸਤ ਤਾਂ ਹਜੇ ਇੱਕੋ ਹੀ ਸੋਚਾ, ਹਾਂਜੀ, ਉਵੇਂ ਕੋਈ ਸੰਸਾਰਾ ਸੀ ਪੜ ਕੇ ਜਿਵੇਂ, ਹਾਂਜੀ ਹਾਂਜੀ, ਦੂਜਾ ਆਪਣਾ ਸਰਕਾਰੀ, ਹਾਂਜੀ, ਜਾਰਾ, ਅੱਛਾ, ਵਰਜਾਮਾ, ਵਰਿਆਮਾ, ਇਹ ਸਾਡੇ ਨਾਲ ਇਹ ਜੁੜਦੇ ਜੀ ਸਨ, ਜੁੜਦੇ ਇੱਕੋ ਜਿਹੇ ਸਨ, ਬਸ ਉਦੋਂ ਮੇਰਾ ਇੱਧਰ ਹੀ ਸਾਰਾ ਮੇਰਾ ਮਾਹੌਲ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਸਕੂਲੇ ਜਾਂਦੇ ਸੀ? ਨਹੀਂ ਜੀ। ਤੁਸੀਂ ਵੀ ਗਏ ਕਿ ਨਹੀਂ? ਨਹੀਂ ਜੀ। ਇਹੋ ਹੀ ਕਮਜ਼ੋਰੀ ਹਜੇ ਗਰੀਬੜੇ ਹਨ, ਬੱਚਾ ਬੜੀਆਂ ਮੁਤਾਬਕ ਕਰਦੇ,
ਪੱਠੇ ਲਿਆਓਗੇ ਸ਼ਾਮ ਨੂੰ ਤੇ ਦਾਣੇ ਲਿਆਓਗੇ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਸੋਹਣੇ ਜੇ ਖਾਲਸਾ ਰਾਜ ਫੁੱਟਸਟੈਪਸ ਦੇ ਨਾਲ, ਕਿਸੇ ਹੋਰ ਖੋਰੇ ਸੱਚ ਸੰਤਾਲੀ ਦੇ ਨਾਲ। ਲੇਕਿਨ ਸੰਤਾਲੀ ਬਾਰੇ ਗੱਲ ਫਿਰ ਰਹਿ ਗਈ ਕਿ ਜਦੋਂ ਵੰਡ ਪਈ ਇੱਥੋਂ ਪਿੰਡ ਦਾ ਕੀ ਆਲਮ ਸੀ? ਪਿੰਡ ਦਾ ਠੀਕ ਸੀ, ਏਡਾ ਕੋਈ ਲੋਟ, ਸਭ ਲੋਕ ਆਪਣੇ ਖੈਰ ਖਰੀਦ ਨਾਲ ਇੱਥੇ ਜਾਣ ਵਾਲੇ ਗਏ ਨੇ, ਬੈਠੇ ਕਿਸੇ ਨੇ ਕੋਈ ਨਹੀਂ ਕਿਹਾ ਉਹਨਾਂ ਨੂੰ, ਨਾ ਜੀ ਨਾ ਉਹਨਾਂ ਕਿਹਾ ਨਾ ਇਹਨਾਂ ਨੂੰ ਕਹੀ। ਇੱਕ ਹੋਰ ਫਿਰ ਇੱਕ ਵਾਰੀ ਫਿਰ ਦੇਖੋ ਵੰਡ ਬਾਰੇ, 1947 ਬਾਰੇ ਗੱਲ ਆ ਰਹੀ ਹੈ। ਇਹ ਦੋ ਬਜ਼ੁਰਗ ਜਿਹੜੇ ਪ੍ਰਾਇਮਰੀ ਸੋਰਸ ਨੇ ਮੇਰੇ ਸਾਹਮਣੇ, ਆਉਣ ਵਾਲੇ ਵਕਤ ਮੁਮਕਿਨ ਕੌਣ ਜਾਣਦਾ ਕਿ ਕੀ ਹੋਏਗਾ। ਲੇਕਿਨ ਤੁਸੀਂ ਇਹ ਦੇਖੋ ਕਿ ਫਿਰ ਉਹੀ ਕਹਿ ਰਹੇ ਨੇ ਕਿ ਇਸ ਪਿੰਡ ਦੀ ਕਮਿਊਨਿਟੀ ਜਿਹੜੀ ਹੈ ਬਾ ਹਿਫਾਜ਼ਤ ਬਾਰਡਰ ਪਾਰ ਗਈ, ਅਤੇ ਉਹਨਾਂ ਵਿੱਚੋਂ ਕੋਈ ਵਾਪਸ ਆਇਆ ਦੁਬਾਰਾ ਕਦੀ ਮਿਲਣ ਵਾਸਤੇ? ਆਉਂਦਾ ਇੱਕ, ਕੀ ਨਾਮ ਉਹਦਾ? ਨਾਮ ਉਹ ਹੈ ਲਾਂਬਾ ਦਾ। ਅੱਛਾ, ਨਾਮ ਦਾ ਪਿੰਡ ਦਾ, ਇਹ ਪਿੰਡ ਦਾ ਜਵਾਈ। ਅੱਛਾ, ਹਾਂ ਉਹ ਮੈਂ ਹੀ ਦੱਸ ਰਿਹਾ ਵਾਂ ਕਿ ਇਹ ਚਰਨ ਮਤਲਬ ਕਿ ਜਿਹੜਾ ਮਨਜੀਤ ਸਿੰਘ ਹੈ ਇਹਨਾਂ ਦਾ ਭਨਵਈਆ ਹੈ, ਉਹ ਅੱਗੇ ਵੀ ਆ ਕੇ ਗਿਆ। ਹਾਂਜੀ, ਉਹ ਦੋ ਫੇਰੇ ਕਰਕੇ ਗਿਆ। ਵੈਰੀ ਗੁੱਡ ਜੀ। ਮਨਜੀਤ ਜੀ, ਇਹ ਦੇਖ ਲਓ ਤੁਹਾਡੇ ਬ੍ਰਦਰ ਇਨ ਲਾਅ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਹੀ ਘਰ ਜਿਹੜਾ ਤੁਹਾਡੇ ਘਰ ਦੇ ਵਿੱਚੋਂ ਹੀ, ਤੁਹਾਡਾ ਹੀ ਮਤਲਬ ਕਿ ਬਹਿਨੋਈ ਜਿਹੜਾ ਹੈ, ਤੁਹਾਡਾ ਪ੍ਰਾਹੁਣਾ ਜਿਹੜਾ, ਉਹੀ ਇੱਥੇ ਦੋ ਵਾਰੀ ਆ ਕੇ ਗਿਆ। ਬਾਕੀ ਜਿੰਨੀ ਵੀ ਇੱਥੋਂ ਸਿੱਖ ਕਮਿਊਨਿਟੀ ਗਈ ਹੈ ਉਹਨਾਂ ਦੇ ਵਿੱਚੋਂ ਜਾ ਕੇ ਵਾਪਸ ਕੋਈ ਨਹੀਂ ਆ, ਪਰਤ ਕੇ ਕਿਸੇ ਨੇ ਵਾਪਸ ਨਹੀਂ ਦੇਖਿਆ। ਬਰ ਕੈਫ ਮਿੱਟੀ ਦਾ ਪਿਆਰ ਬਹੁਤ ਹੀ, ਮੈਨੂੰ ਪਤਾ ਲੱਗਾ ਕਿ ਜਿਹੜੇ ਇੱਥੋਂ ਗਏ ਨੇ ਬੰਦੇ ਉਹਨਾਂ ਦੇ ਵਿੱਚੋਂ ਮਤਲਬ ਕਿ ਇੱਕ ਬਾਬਾ ਜੀ ਜਿਹੜੇ ਸਨ, ਸੁਣਿਆ ਕਿ ਉਹ ਉੱਥੇ ਜਾ ਕੇ ਵੀ ਰਾਤ ਦੇ 12-12 ਵਜੇ ਤੱਕ ਲੋਕਾਂ ਨੂੰ ਇਕੱਠੇ ਕਰਕੇ ਨਾ ਅਤੇ ਪਾਕਿਸਤਾਨ ਦੀਆਂ ਗੱਲਾਂ ਅਤੇ ਪਿੰਡ ਡਾਂਡਪੁਰ ਦੀਆਂ ਗੱਲਾਂ ਸੁਣਾਉਂਦੇ ਸੀ। ਸਾਡੇ ਡਾਂਡਪੁਰ 'ਚ ਇਹ ਸੀ, ਸਾਡੇ ਡਾਂਡਪੁਰ 'ਚ ਉਹ ਸੀ, ਅਸੀਂ ਇਕੱਠੇ ਬਹਿੰਦੇ ਸੀ, ਅਸੀਂ ਇਕੱਠੇ ਰਹਿੰਦੇ ਸੀ। ਫਿਰ ਉਹਨੇ ਆਪਣੇ ਹੀ ਜਵਾਈ ਕੋਲੋਂ ਮਿੱਟੀ ਮੰਗਵਾਈ ਸੀ ਇੱਥੇ ਦੀ, ਉਹਦੇ ਘਰ ਪਲੇਟ 'ਚ ਪਾ ਕੇ ਮਿੱਟੀ ਰੱਖੀ। ਹਾਂਜੀ, ਕੁੜੀ ਵੀ ਆਈ ਸੀ ਜੀ, ਜਿਹੜੀ ਇੱਥੋਂ ਦੀ ਧੀ ਸੀ ਇੱਥੇ ਦੀ। ਤੁਹਾਡੀ ਭੂਆ ਜੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਭੂਆ ਤੁਹਾਡੀ ਇੱਥੇ ਆਈ ਸੀ ਆਪਣਾ ਘਰ ਦੇਖਣ ਵਾਸਤੇ। ਇਹਨਾਂ ਦਾ ਦਾਦਕਾ ਪਿੰਡ ਜਿਹੜਾ ਉਹ ਪਿੰਡ ਅਕਬਰ 'ਚ ਹੈ, ਅਕਬਰ ਪਿੰਡ ਦੇ ਵਿੱਚ ਕੌਲ ਰਾਏ ਸਾਹਿਬ ਨੇ ਉਹ ਉੱਥੇ ਮਤਲਬ ਕਿ ਉਹਨਾਂ ਦੇ ਦਾਦਾ ਦਾਦੀ ਜਿਹੜੇ ਸਨ ਉੱਥੇ ਦੇ ਸਨ, ਸਫੈਦ ਪੋਸ਼ਾਂ ਦੇ ਨਾਮ ਤੋਂ। ਪਹਿਲੇ ਮੈਂ ਇੱਕ ਵੀਡੀਓ ਕਰ ਚੁੱਕਿਆ ਵਾਂ, ਅਤੇ ਉਸ ਤੋਂ ਬਾਅਦ ਮੈਂ ਯਾਦਵਿੰਦਰ ਵੀਰ ਜੀ ਜਿਹੜੇ ਨੇ ਉਹਨਾਂ ਦੇ ਘਰ ਦੀ ਕੀਤੀ ਹੈ। ਦੁਗਰੀ ਹਰੀਆਂ ਵਾਲਿਆਂ ਦੀ ਰਿਸ਼ਤੇਦਾਰੀ ਜਿਹੜੀ ਹੈ ਉਹ ਇੱਥੇ ਹੈ। ਮੈਂ 4 ਫੈਮਿਲੀਜ਼ ਦੀ ਕੀਤੀਆਂ ਔਰ 4 ਫੈਮਿਲੀਆਂ ਦੇਖੋ ਆਪਸ ਵਿੱਚ ਇੱਕ ਦੂਜੇ ਨਾਲ ਲਿੰਕ ਅਪ ਹੋ ਗਈਆਂ ਨੇ। ਕੁਛ ਲੋਕਾਂ ਨੂੰ ਨਹੀਂ ਸੀ ਪਤਾ ਔਰ ਕੁਛ ਲੋਕਾਂ ਨੂੰ ਪਤਾ ਸੀ, ਔਰ ਉਹ ਮਿਲ ਕੇ ਅੱਜ ਜਿਹੜਾ ਉਹ ਉਹਨਾਂ ਦਾ ਏਕਤਾ ਇੱਕ ਬਣ ਗਈ ਹੈ, ਔਰ ਰਿਸ਼ਤੇਦਾਰ ਜਿਹੜੇ ਨੇ ਆਪਸ ਵਿੱਚ ਜੁੜ ਰਹੇ ਨੇ। ਔਰ ਏਰੀਆ ਵਾਈਜ਼ ਖਾਸ ਕਰਕੇ ਡਿਸਟ੍ਰਿਕਟ ਸਿਆਲਕੋਟ ਦੇ ਲੋਕ, ਨਾਰੋਵਾਲ ਦੇ ਲੋਕ, ਔਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਤਾ ਚੱਲ ਰਿਹਾ ਕਿ ਫਲਾਂ ਕੌਣ ਕੌਣ ਕਿੱਥੋਂ ਉੱਠ ਕੇ ਕਿੱਥੇ ਕਿੱਥੇ ਗਿਆ ਹੈ। ਵੰਡ ਨੇ ਬਹੁਤ ਕੁਛ ਲਿਆ, ਸਿਰਫ ਜਿਹੜੀ ਲੀਕ ਵੱਜੀ ਹੈ ਉਹ ਪੰਜਾਬ 'ਤੇ ਵੱਜੀ ਹੈ, ਔਰ ਪੰਜਾਬੀਆਂ ਦੇ ਸੀਨੇ 'ਤੇ ਹਿੱਕ ਦੇ ਉੱਤੇ ਹੀ ਇਹ ਸਾਰੇ ਫੱਟ ਲੱਗੇ ਨੇ। ਨਾ ਤਾਂ ਕੋਈ ਹੋਰ ਪ੍ਰੋਵਿੰਸ ਵੰਡਿਆ ਗਿਆ, ਸਿਰਫ ਪੰਜਾਬੀ ਜਿਹੜੇ ਨੇ ਦੋ ਲੀਕ ਹੋਏ ਔਰ ਅੱਡੋ ਅੱਡ ਕਰਕੇ ਬਿਠਾ ਦਿੱਤੇ ਗਏ ਇਹਨਾਂ ਲੀਕਾਂ ਨੇ। ਲੇਕਿਨ ਅੱਜ ਵੀ ਦੇਖੋ ਪੰਜਾਬੀਆਂ ਦੇ ਦਿਲ ਉੱਥੇ ਦੇ ਉੱਥੇ ਹੀ ਨੇ। ਜਦੋਂ ਮੈਂ ਵੰਡ ਬਾਰੇ ਗੱਲ ਕੀਤੀ ਹੈ 47 ਦੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 47 ਤੋਂ ਪਹਿਲੇ ਜਿਹੜਾ ਸਾਨੂੰ ਉਹ ਬੜਾ ਯਾਦ ਆਉਂਦਾ ਕਿ ਇੱਕ ਦੂਜੇ ਦੀ ਅੱਖ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਬਹੁਤ ਜ਼ਿਆਦਾ ਸੀ, ਮੁਹੱਬਤ ਬਹੁਤ ਜ਼ਿਆਦਾ ਸੀ। ਕਿਉਂਕਿ ਉਮਰ ਕਾਫੀ ਹੋਣ ਪਰ ਉਹ ਹੁਣ ਕਾਫੀ ਪ੍ਰਾਇਮਰੀ ਸੋਰਸ ਜਾਂ ਪ੍ਰਾਇਮਰੀ ਗੱਲਾਂ ਉਹਨਾਂ ਨੇ ਪਹਿਲੇ ਕਿਹਾ ਕਿ ਸ਼ਾਇਦ ਮੈਂ ਪੂਰੀਆਂ ਨਾ ਬੋਲ ਸਕਾਂ ਕਿਉਂਕਿ ਮੈਨੂੰ ਉਮਰ ਦਾ ਹੁਣ ਤਕਾਜ਼ਾ ਹੈ, ਕੁਛ ਕੁਛ ਯਾਦ ਹੈ ਅਤੇ ਕੁਛ ਕੁਛ ਯਾਦ ਨਹੀਂ ਹੈ। ਤਾਂ ਫਿਰ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਖੋਰੇ ਸੱਚ 47 ਦੇ। ਬਟਨ ਪ੍ਰੈਸ ਕਰੋ।